ਪੰਜਾਬੀ ਚ ਗਜ਼ਲ ਲਿਖੀ ਸੀ ਜੀ ਤੁਹਾਡੀ ਖਿਦਮਤ ਵਿੱਚ ਪੇਸ਼ ਕਰ ਰਿਆ ਕਿ ਸਾਰਾ ਸਾਲ ਫਿਕਰ ਨਹੀਂ ਹੁੰਦਾ ਜੇ ਘਰ ਦਾਣਾ ਫੱਕਾ ਹੋਵੇ ਸਾਰਾ ਸਾਲ ਫਿਕਰ ਨਹੀਂ ਹੁੰਦਾ ਜੇ ਘਰ ਦਾਣਾ ਫੱਕਾ ਹੋਵੇ ਰੋਜ਼ ਕਿਸੇ ਨੂੰ ਕੋਣ ਇਹ ਦਿੰਦਾ ਭਾਵੇਂ ਆਪਣਾ ਸੱਕਾ ਹੋਵੇ ਰੋਜ਼ੀ ਕਮਾਉਣੀ ਬਹੁਤ ਹੀ ਔਖੀ ਕੰਮ ਕਿਤੇ ਵੀ ਲੱਭਦੇ ਨਹੀਂ ਰੋਜ਼ੀ ਕਮਾਉਣੀ ਬਹੁਤ ਔਖੀ ਕੰਮ ਕਿਤੇ ਵੀ ਲੱਭਦੇ ਨਹੀਂ ਦਿਹਾੜੀ ਲਾਉਣੀ ਤਰਲੇ ਲੈ ਕੇ ਕੰਮ ਯੋ ਜੋ ਪੱਕਾ ਹੋਵੇ ਵੱਡਿਆਂ ਲੋਕਾਂ ਨੂੰ ਨੀਂਦ ਨਾ ਆਵੇ ਗੋਲੀਆਂ ਖਾ ਕੇ ਸੌਂਦੇ ਨਹੀਂ ਵੱਡਿਆਂ ਲੋਕਾਂ ਨੂੰ ਨੀਂਦ ਨਾ ਆਵੇ ਗੋਲੀਆਂ ਖਾ ਕੇ ਸੌਂਦੇ ਨਹੀਂ ਗਰੀਬ ਵਿਚਾਰਾ ਰੱਜ ਕੇ ਸੌਵੇਂ ਕੰਮ ਕਰਕੇ ਜੇ ਥੱਕਾ ਹੋਵੇ ਆਪਣੀ ਹਿਫਾਜ਼ਤ ਆਪੇ ਹੀ ਕਰੀਏ ਬਹੁਤੀ ਬੱਸ ਟਾਪਾਂ ਤੇ ਆਪਣੀ ਜੇਬ ਤੇ ਹੱਥ ਜਾਂ ਰੱਖੀਏ ਜੇਕਰ ਧੱਕਮ ਧੱਕਾ ਹੋਵੇ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਦੇ ਲੜਾਈਆਂ ਹੋਮਣਾ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਦੇ ਲੜਾਈਆਂ ਹੋਮਣਾ ਉਹਦੇ ਕੋਲ ਨਾ ਜਾ ਕੇ ਬਈਏ ਜਿੱਥੇ ਇਟ ਖੜਕਾ ਹੋਵੇ ਸਭ ਦੀ ਇੱਜ਼ਤ ਇੱਕੋ ਜਿਹੀ ਤੇ ਇੱਜ਼ਤ ਦੇ ਸਭ ਸਾਂਝੀ ਨੇ ਸਭ ਤੋਂ ਬਹੁਤ ਹੈ ਛਿੱਤਰ ਪੈਂਦੇ ਜੇਕਰ ਛੇੜਛੜਕਾ ਹੋਵੇ ਕਰੋਨਾ ਵਾਇਰਸ ਤੋਂ ਬਚ ਕੇ ਰਹੀਏ ਕਿਤੇ ਵੀ ਇਕੱਠੀਆਂ ਹੋਈਏ ਨਾ ਕਰੋਨਾ ਵਾਇਰਸ ਤੋਂ ਬਚ ਕੇ ਰਹੀਏ ਕਿਤੇ ਵੀ ਇਕੱਠੀਆਂ ਹੋਈਏ ਨਾ ਉਸ ਪਾਸੇ ਨਾ ਜਾਈਏ ਤਾਲਬ ਜਿੱਥੇ ਭੀੜ ਭੜਕਾ ਹੋਵੇ ਸਾਰਾ ਸਾਲ ਫਿਕਰ ਨਹੀਂ ਹੁੰਦਾ ਜੇਕਰ ਦਾਣਾ ਫੱਕਾ ਹੋਵੇ ਰੋਜ਼ ਕਿਸੇ ਨੂੰ ਕੋਣ ਇਹ ਦਿੰਦਾ ਭਾਵੇਂ ਆਪਣਾ ਸੱਕਾ ਹੋਵੇ